ਕੀ ਕੰਮ ਸੀਗਾ ਬਾਲ ਮਾਰਨਾ ਤੈਨੂੰ ਜ਼ਰੂਰੀ ਸੀਗਾ ਮੰਮੀ ਮੈਂ ਤਾਂ ਪੁੱਛਦੀ ਸੀ ਮੈਂ ਕਿ ਕਿੱਥੇ ਜਾ ਰਹੇ ਹੋ ਦੱਸਣਾ ਜ਼ਰੂਰੀ ਹੈ ਜਸ਼ਨ ਚਾਹ ਪੀਣੀ ਹੈ ਤੂੰ ਅੰਦਰ ਜਾ ਕੇ ਪੀ ਲੈ ਸਾਡੇ ਬਰਾਬਰ ਬਹਿ ਕੇ ਨਾ ਚਾਹ ਪੀ ਨਾਲੇ ਰੰਗਾਂ ਦਾ ਕੀ ਹੈ ਤਾਂ ਰੱਬ ਦੀ ਦੇਣ ਪਤਾ ਨਹੀਂ ਕਿਉਂ ਮੰਮੀ ਮੇਰੇ ਨਾਲ ਇੰਨਾ ਫਰਕ ਕਰਦੇ ਆ ਹੋ ਹੋ ਗਰਮੀ ਨੇ ਤਾਂ ਬਤਲੇ ਲੈ ਲੇ ਕੀ ਕਰੀਏ ਬੱਸਾਂ ਦੇ ਵਿੱਚ ਕਿਹੜਾ ਜਾਇਆ ਜਾਂਦਾ ਹੈਗਾ ਬਸ ਇੱਕ ਆਹ ਲਾਲਚ ਕਰ ਲੈਣਾ ਵੀ ਆਧਾਰ ਕਾਰਡ ਚੱਲਦਾ ਆਧਾਰ ਕਾਰਡ ਚੱਲਦਾ ਚੱਲ ਮੈਂ ਵਗ ਜਾਂਦੀ ਹਾਂ ਅਤੇ ਕੀ ਕਰਾਂ ਮੈਨੂੰ ਤਾਂ ਤੇਲ ਜਿਹਾ ਚੜਿਆ ਪਿਆ ਹੈਗਾ ਹੈਪੀ ਤੋਂ ਚਾਹ ਦੀ ਘੁੱਟ ਕਰਵਾ ਕੇ ਪੀਂਦੀ ਹਾਂ ਜੀ ਸੁੱਤੀ ਨਾ ਕਿਤੇ ਪਈ ਹੋਵੇ ਹੈਪੀ ਹੈਪੀ ਹਾਂਜੀ ਮੰਮੀ ਉਰੇ ਆ ਭਾਈ ਬਾਹਰ ਹਾਂਜੀ ਕੀ ਕਰੀ ਜਾਂਦੀ ਸੀ ਤੂੰ ਅੰਦਰ ਕੁਛ ਨਹੀਂ ਮੰਮੀ ਰੈਸਟ ਕਰ ਰਹੀ ਸੀ ਰੈਸਟ ਕਰ ਰਹੀ ਸੀ ਫਿਰ ਮੇਰਾ ਤਾਂ ਸਿਰ ਵਾਲਾ ਦੁਖੀ ਜਾਂਦਾ ਮੈਨੂੰ ਤਾਂ ਚਾਹ ਦੀ ਘੁੱਟ ਕਰਕੇ ਦੇ ਤੂੰ ਵਧੀਆ ਜੀ ਉਹ ਕਾਲੋ ਜੀ ਬਣਾਉਂਦੀ ਹੋਗੀ ਚਾਹ ਮੰਮੀ ਪੀ ਲਿਓ ਨਹੀਂ ਮੈਂ ਉਹਦੇ ਹੱਥਾਂ ਦੀ ਕਦੋਂ ਪੀਨੀ ਆ ਚੱਜ ਨਾਲ ਤੂੰ ਕਰਕੇ ਤਾਂ ਮੈਂ ਵੀ ਨਹੀਂ ਮੰਮੀ ਪਰ ਤੁਸੀਂ ਸਮਝਿਆ ਕਰੋ ਮੇਰੇ ਤੋਂ ਬਣਦੀ ਨਹੀਂ ਹੈਗੀ ਕਿ ਬਣਦੀ ਕਾਤੋਂ ਨਹੀਂ ਭਾਈ ਚਾਹ ਕੀ ਗੱਲ ਰੱਬ ਨੇ ਤੇਰੇ ਹੱਥ ਹੀ ਲੈ ਐ ਨਹੀਂ ਕਰਦੇ ਹੁੰਦੇ ਐ ਨਹੀਂ ਬੋਲਦੇ ਹੁੰਦੇ ਸੱਸ ਦੇ ਮੂਹਰੇ ਮੰਮੀ ਇੰਨੀ ਗਰਮੀ ਰਸੋਈ 'ਚ ਕਿਹੜਾ ਖੜੋਗਾ ਭਾਈ ਖੜਨਾ ਹੀ ਪਊਗਾ ਹੁਣ ਤਾਂ ਮੈਨੂੰ ਚਾਹ ਦੀ ਘੁੱਟ ਪਿਆਉਣੀ ਜਾਂ ਨਹੀਂ ਪਿਆਉਣੀ ਐ ਦੱਸ ਮੰਮੀ ਉਹ ਕਾਲੋ ਜੀ ਨੂੰ ਆਵਾਜ਼ ਮਾਰ ਦਿਓ ਬਣਾ ਕੇ ਲਿਆ ਦੂਗੀ ਤੁਹਾਨੂੰ ਚਾਹ ਮੈਂ ਨਹੀਂ ਮੈਨੂੰ ਨਹੀਂ ਚੰਗੀ ਲੱਗਦੀ ਉਹਦੇ ਹੱਥਾਂ ਦੀ ਚਾਹ ਠੀਕ ਹੈ ਕਾਲੇ ਕਾਲੇ ਹੱਥਾਂ ਨਾਲ ਚਾਹ ਬਣਾ ਕੇ ਦੇਊਗੀ ਨਾਲੇ ਉਹ ਗਰਮੀ ਦਾ ਮਹੀਨਾ ਉਹ ਅੱਧਾ ਮੁੜਕਾ ਵਿੱਚ ਸਿੱਟੂ ਚਾਹ ਦੇ ਕਮਲੀ ਤੂੰ ਹੀ ਮਾਰ ਦੇ ਭਾਈ ਬੋਲ ਉਹਨੂੰ ਦੇਖ ਲੈ ਕਿੱਥੇ ਪਈ ਕਿਤੇ ਸੁੱਤੀ ਵੀ ਨਾ ਪਈ ਹੋਵੇ ਦੀਦੀ ਆ ਚਾਹ ਲਿਆ ਦੋ ਨਾ ਤੇ ਤੂੰ ਆਪ ਨਹੀਂ ਘੁੱਟ ਬਣੀ ਮੰਮੀ ਹੁਣ ਪੀ ਲਿਓ ਮਜਬੂਰੀ 'ਚ ਸਭ ਕੁਛ ਕਰਨਾ ਪੈਂਦਾ ਹਾਂ ਕਰਨਾ ਪੈਂਦਾ ਚਾਹ ਦੇਖ ਲੈ ਲੱਲਰ ਲਾਈ ਚਾਹ ਪੀਣੀ ਆ ਤੂੰ ਅੰਦਰ ਜਾ ਕੇ ਪੀ ਲੈ ਸਾਡੇ ਬਰਾਬਰ ਬਹਿ ਕੇ ਨਾ ਚਾਹ ਪੀ ਕਿਉਂ ਮੰਮੀ ਇਕੱਠੇ ਬਹਿ ਕੇ ਨਾ ਗੱਲਾਂ ਕਰਦੇ ਨਾ ਚਾਹ ਪੀ ਲੈਣਾ ਬਸ ਰੱਜੀ ਤਾਂ ਹੀ ਤੇਰੀਆਂ ਗੱਲਾਂ ਨਾਲ ਬਿਨ ਤੇਰੀਆਂ ਗੱਲਾਂ ਦੀ ਕੋਈ ਲੋੜ ਨਹੀਂ ਹੈਗੀ ਚੁੱਪ ਕਰਕੇ ਨਾ ਆਪਦਾ ਕੱਪ ਚੱਕ ਤੇ ਅੰਦਰ ਜਾ ਬੈਠ ਗਈ ਬਰਾਬਰ ਮਹਾਰਾਣੀ ਬਣ ਕੇ ਜਣੀ ਜ਼ਿਆਦਾ ਸੋਹਣੀ ਹੈਗੀ ਜੇ ਕੋਈ ਗਮਾਂਡਣ ਆ ਗਈ ਤਾਂ ਕੀ ਕਹੂਗੀ ਕਿੱਥੇ ਆ ਨੂੰ ਕਿੱਥੇ ਇਹ ਕਿੱਥੋਂ ਚੜੇਲ ਜੀ ਸੜੇਲ ਸਹੇਲ ਲਈ ਮੈਂ ਆ ਮੁੜਕਾ ਜਾ ਪੂੰਝ ਲੈ ਕਾਹਦੇ ਨਾਲ ਪੂੰਝੇਗੀ ਮੇਰਾ ਤਾਂ ਮੰਮੀ ਜੀ ਨਹੀਂ ਕਰਦਾ ਪੀ ਹਾਏ ਹਾਏ ਨਹੀਂ ਕੋਈ ਹੈ ਨਹੀਂ ਕੁਛ ਚਾਹ ਵੀ ਆਉਂਦੇ ਵਰਗੀ ਕਾਲੀ ਕਾਲੀ ਬਣਾ ਕੁਛ ਹੀ ਨਾ ਬਸ ਦੱਸੋ ਕਿ ਘਰੇ ਦੁੱਧ ਨਹੀਂ ਹੈਗਾ ਸੀ ਜੋੜ ਪੜਦਾ ਹੁੰਦੀ ਹੈ ਮੈਨੂੰ ਤਾਂ ਅਲਕਤ ਵਾਲੀ ਆਉਂਦੀ ਹੈ ਸੱਚੀ ਕੀ ਕਰਾਂ ਅਣ ਸਰਦੇ ਨੂੰ ਪੀਣੀ ਪਊਗੀ ਤੈਨੂੰ ਚੰਗਾ ਭਲਾ ਅੱਖ ਤੇ ਘੁੱਟਾਂ ਦੋ ਵੀ ਕਿੜਾਕੇ ਲੱਗਦੀ ਹੈਗੀ ਮੰਮੀ ਮੈਂ ਠੀਕ ਨਹੀਂ ਸੀਗੀ ਠੀਕ ਨਹੀਂ ਸੀ ਨਾਲੇ ਜੀ ਹੈਗੀ ਮੈਂ ਵੀ ਤਾਂ ਪੀ ਰਹੀ ਹਾਂ ਨਾ ਚਲ ਜੇ ਨੂੰ ਕੰਦਾ ਚੁੰਨੂ ਤਾਂ ਮੇਰੀ ਹੋ ਖਰਾਬ ਚੁੰਨੂ ਤਾਂ ਧੋਤੀ ਵੀ ਜਾਊਗੀ ਚਲ ਐਵੇਂ ਮਰ ਜਾ ਨਾ ਮਿੱਠੀ ਨਾ ਫਿੱਕੀ ਵੀ ਘੁੱਟ ਦੁੱਧ ਤਾਂ ਇਹਦੇ ਵਿੱਚ ਗਾਲ ਲੈ ਫੂਕ ਲੈ ਮੈਂ ਤੈਨੂੰ ਚੰਗਾ ਭਲਾ ਕਿਹਾ ਸੀ ਵੀ ਤੂੰ ਹੀ ਘੁੱਟਾਂ ਦੋ ਕਰ ਲੈ ਚਾਹ ਦੀਆਂ ਕਰਤਾ ਨਾ ਮੂਡ ਖਰਾਬ ਜਿਹੀ ਜੀ ਆਪ ਕਾਲੀ ਉਹੋ ਜੀ ਚਾਹ ਕਾਲੀ ਕਰਕੇ ਲਿਆਤੀ ਓਹੋ ਮੰਮੀ ਚਾਹ ਤਾਂ ਜਮੀ ਬੇਸਵਾਦੀ ਸੀਗੀ ਚੱਲ ਕੋਈ ਨਾ ਮੰਮੀ ਅੱਗੇ ਤਾਂ ਮੈਂ ਬਣਾ ਲਿਆ ਕਰੂੰਗੀ ਚਾਹ ਚੱਲ ਪੀ ਲੈ ਜਿਹੀ ਜੀ ਹੈਗੀ ਹੁਣ ਐਂ ਤਾਂ ਹੋ ਜੂ ਵੀ ਚਾਹ ਪੀ ਲਈ ਤੁਸੀਂ ਪੀ ਲਓ ਮੰਮੀ ਮੈਂ ਨਹੀਂ ਪੀਂਦੀ ਮੈਨੂੰ ਤਾਂ ਭਾਈ ਪੀਣੀ ਪਊ ਮੇਰੇ ਤਾਂ ਸਿਰ ਅੱਗ ਲੱਗੀ ਜਾਂਦਾ ਸਿਰ ਵਾਲਾ ਦੁਖੀ ਜਾਂਦਾ ਅੱਜ ਕੱਲ੍ਹ ਨਾ ਟੈਲੈਂਟ ਕੀ ਕਿਸੀ ਕੋ ਕਦਰ ਹੀ ਨਹੀਂ ਹੈ ਲੇਕਿਨ ਪਲੇਅ ਸਪੋਰਟ ਕਰਤਾ ਹੈ ਆਪਕੇ ਟੈਲੈਂਟ ਕੀ ਵੈਲਿਊ ਆਪਣਾ ਟੈਲੈਂਟ ਦਿਖਾ ਕੇ ਪਲੇਅ ਸਪੋਰਟ ਪੇ ਆਪ 50 ਲੱਖ ਸੇ ਵੀ ਜ਼ਿਆਦਾ ਵਿਨਿੰਗ ਕਰ ਸਕਦੇ ਹੋ ਵੋ ਵੀ ਡੇਲੀ ਪਲੇਅ ਸਪੋਰਟ ਪੇ 15 ਸੇ ਵੀ ਜ਼ਿਆਦਾ ਗੇਮਸ ਹੈ ਜੈਸੇ ਕਿ ਲੂਡੋ ਸਨੈਕਸ ਐਂਡ ਲੈਡਰਸ ਚੈਸ ਐਂਡ ਔਰ ਵੀ ਕਈ ਮਜ਼ੇਦਾਰ ਗੇਮਸ ਯਾਰ ਸੋਚੋ ਮਤਲਬ ਇਤਨੇ ਮਜ਼ੇਦਾਰ ਗੇਮਸ ਲੂਡੋ ਜੈਸੇ ਗੇਮਸ ਔਰ ਕਈ ਸਕਿੱਲ ਗੇਮਸ ਖੇਲ ਕਰ ਆਪ ਲੱਖੋਂ ਕੀ ਵਿਨਿੰਗ ਕਰ ਸਕਦੇ ਹੋ ਹੋਈ ਨਾ ਮਜ਼ੇ ਕੀ ਬਾਤ ਅਬ ਆਪ ਪੁੱਛੋਗੇ ਪਲੇਅ ਸਪੋਰਟ ਹੈ ਕਿਆ ਆਪਕੋ ਬਤਾ ਦੂੰ ਕਿ ਪਲੇਅ ਸਪੋਰਟ ਪੇ 1.5 ਕਰੋੜ ਸੇ ਵੀ ਜ਼ਿਆਦਾ ਯੂਜ਼ਰਸ ਹੈ ਪਲੇਅ ਸਪੋਰਟ ਸੇਫ ਐਂਡ ਸਿਕਿਓਰ ਐਪਲੀਕੇਸ਼ਨ ਹੋਣੇ ਕੇ ਸਾਥ ਸਾਥ ਯਹਾਂ ਪੇ ਈਜ਼ੀ ਵਿਦਡਰੋ ਹੋਤੇ ਹੈ ਜੈਸੇ ਕਿ ਆਪਕਾ ਵਿਨਿੰਗ ਅਮਾਊਂਟ ਆਪ ਡਾਇਰੈਕਟਲੀ ਆਪਣੇ ਅਕਾਊਂਟ ਮੇ ਬੜੀ ਈਜ਼ੀਲੀ ਟ੍ਰਾਂਸਫਰ ਕਰ ਸਕਤੇ ਹੈ ਆਪਕੋ ਔਰ ਇੱਕ ਮਜ਼ੇ ਕੀ ਬਾਤ ਬਤਾਊਂ ਮੇਰੇ ਲਿੰਕ ਸੇ ਐਪ ਡਾਊਨਲੋਡ ਕਰਨੇ ਪੇ ਔਰ ਮੇਰੇ ਰੈਫਰਲ ਕੋਡ ਸੇ ਪਲੇਅ 200 ਯੂਜ਼ ਕਰਨੇ ਪੇ ਆਪਕੋ ਮਿਲੇਗਾ 200 ਕਾ ਬੋਨਸ ਤੋ ਯਹਾਂ ਵਹਾਂ ਟਾਈਮ ਮਤ ਵੇਸਟ ਕੀਜੀਏ ਨੀਚੇ ਦੀਏ ਗਏ ਡਿਸਕ੍ਰਿਪਸ਼ਨ ਮੇ ਲਿੰਕ ਸੇ ਐਪਲੀਕੇਸ਼ਨ ਕੋ ਡਾਊਨਲੋਡ ਕਰੇ ਔਰ ਆਪਣੇ ਟੈਲੈਂਟ ਕਾ ਪ੍ਰਦਰਸ਼ਨ ਕਰੇ ਔਰ ਲੱਖੋਂ ਰੁਪਏ ਕੀ ਵਿਨਿੰਗ ਕਰੇ ਪਤਾ ਨਹੀਂ ਕਿਉਂ ਮੰਮੀ ਮੇਰੇ ਨਾਲ ਇੰਨੇ ਗੁੱਸੇ ਨਾਲ ਗੱਲ ਕਰਦੇ ਨੇ ਮੈਂ ਕੀ ਮਾੜਾ ਕਰਤਾ ਇਹਨਾਂ ਦਾ ਚੰਗਾ ਇਹਨਾਂ ਦਾ ਘਰ ਸਮਾਨ ਨਾਲ ਘਰ ਭਰਤਾ ਚੰਗੇ ਪੈਸੇ ਆਏ ਨੇ ਮੇਰੇ ਪੇਕਿਆਂ ਤੋਂ
पर फिर भी मैनू टिच करके जांदे नाले घर दा सारा दिन काम करदी ते छोटी नाले कोई दाज नहीं लैके नाले वेली रहिंदी उहनूं फिर भी सिर ते बिठा के रख्या होया नाले रंगां दा की ता रब दी देण आ पता नहीं क्यों मम्मी मेरे नाल इन्ना फर्क करदे आ रेडीमेड ठीक आ जाएंगे चल मैं दूजे पा जाऊंगी बल मेरा सूट बथेरा सोहना कोई गल नहीं मेरा की है नूह हाथियां करनी अगला देखदा तू तो उई बथेरी सोहनी हैगी तो वधिया जिहा चक्का माजा सूट तैनूं रेडीमेड दा वा लिया ठीक है वह आपां नूं कालो जी दा कड़ीका उहनूं नाले वाला भेज देना दे आहो उहनां दस्सी तुसी जे पुछण पुछू तां सही टोका टोकी तां उहदी करन दी आदत बणी होई आ ठीक है हाँ बस ठीक है चुप करके निकल चलदे हाँ चल आ जा चलो खड़ जा माड़ा जा बाहर ला दा मैं पता ही है एसी छड्या होया सी ना कोई पता नहीं है कोई तसल्ली नहीं हैगी चल पता हुण मुड़े आउने मम्मी की गल तैनू मम्मी तकर की काम सीगा बाज मारना तैनू जरूरी सीगा मम्मी मैं तैं पुछदी सी मैं क्या किथे जा रहे हो तैनू दसना जरूरी है जशन जांदे बंदे नू टोकी दा नहीं हुंदा तेरा ना दिमाग काम करदा जां नहीं करदा मम्मी दस तां दो किथे जा रहे हो मैनू काम सीगा की काम सी तेनू पहले तू आपका काम ही दस दे की है मैं कह जे बाजार जा रहे हो मेरा सूट दिता होया एक सिलाई करन नु ओ लेके आना ले देख ले आपका सूट मूरे धर लिया असि थोड़े सूट नहीं लेन जा रहे असि आपका कोई काम चले आ 100 काम धंदा हुंदा सानू किथे मैनूं तां लगदा भी काम अपना बणना ही नहीं रहण दे मैनूं भी ले जाओ नाल मैं अपना सूट फाड़ लूं तुसी अपना काम कर लियो बस कर जा बैठी रह धरी ढकी रह किसने इन्नी अकल नहीं सिखाई पिछो आवाज नहीं मारी दी हुंदी हैप्पी मैं मम्मी नाल गल कर रही हां नाले तू छोटी है ना चुप रहा कर छोटी दा की मतलब होया काम तो असी दोने जा रहे सी ना ने चल इहदा जिन्ना बुलाई जावेंगी ना ओना बोली जाऊगी हैं तू जे तेरी शक्ल चजदी नहीं गलता चजदी कर लिया कर सारा गवान मैनू ऐ कहंदा तेरी नूह इन्नी काली तेरी नूह इन्नी काली मैं तो लोकां ने गल्लां उई नहीं चलियां जांदियां जिवें मैनू तीवियां बोलदियां ने हले कहिंदे तुसी मैनू नाल लै चलो तैनू नहीं मैं लै के जांदी किथे नजर बट्टू तैनू तां कहिंदे आगे किथे नजर बट्टू लगी हैगी हुण काली दिखदियां ना जो पैसे लेने सी उदो तो दिखी नहीं मैं काली जो समान ट्रक भर के समान आया उदो तो हो पता नहीं लग गया भी काली है ना रहन दिने लालचन किसे थां दे पता नहीं मम्मी नूं मैनूं नाल जाण च की प्रॉब्लम सी वे दसो सूट ही फड़ना सी मैं इन्ना कुछ सुना गई की हो गया दर्शन ऐ बैठी तू नहीं मैं तो एवें बैठी सी बस काम जे करके नाले मम्मी होरी किधर जांदियां सीगियां हुण मम्मी होरी बाजार गए ने अच्छा इन्नी धुप्पे ਧੁੱਪੇ ਉਹ ਕਹਿੰਦੇ ਸਾਨੂੰ ਕੰਮ ਸੀਗਾ ਮੈਂ ਕਹਿੰਦੀ ਸੀ ਮੇਰਾ ਨਾ ਇੱਕ ਸੂਟ ਫੜ ਕੇ ਲੈ ਕੇ ਆਉਣ ਵਾਲਾ ਬਾਜ਼ਾਰ 'ਚੋਂ ਫਿਰ ਤੂੰ ਮੰਮੀ ਹੋਰਾਂ ਨੂੰ ਕਹਿੰਦੇ ਫੋਨ ਕਰਕੇ ਉਹ ਯਾਰ ਉਹ ਬੁਟੀਕ ਵਾਲੀ ਨਾ ਬਹੁਤ ਦੂਰ ਹੈਗੀ ਉਹ ਗਲੀਆਂ ਵਿੱਚ ਤੇ ਜਾਣਾ ਪੈਂਦਾ ਤੁਸੀਂ ਆਪ ਲਿਆ ਦੋਗੇ ਉਹ ਕਿੱਥੇ ਜਾਣਗੇ ਇੰਨੀ ਮੈਂ ਹੁਣ ਆਇਆ ਦਰਸ਼ਨ ਤੂੰ ਨਾਲੇ ਨਾ ਵਗ ਜਾਂਦੀ ਉਹਨਾਂ ਦੇ ਫਿਰ ਘਰ ਦੇ ਕੰਮ ਵੀ ਕਰਨੇ ਸੀ ਨਾ ਹੁਣ ਉਹ ਕਿੱਥੇ ਜਾਣਗੇ ਦੂਰ ਆ ਉਹਨਾਂ ਤੋਂ ਬੁਟੀਕ ਬਹੁਤ ਦੂਰ ਆ ਉਹਨਾਂ ਨੇ ਹੋਰ ਪਾਸੇ ਜਾਣਾ ਚੱਲ ਮੈਨੂੰ ਪਾਣੀ ਲਿਆ ਕੇ ਦੇ ਫਿਰ ਮੈਂ ਜਾਣਾ ਤੁਸੀਂ ਜਾ ਆਇਓ ਠੀਕ ਹੈ ਨਾਲੇ ਉਹਨਾਂ ਨੂੰ ਵੀ ਲੈ ਆਇਓ ਆਉਂਦੇ ਜੇ ਮੰਮੀ ਹੋਰਾਂ ਦਾ ਕੰਮ ਨਿਬੜ ਗਿਆ ਚਲ ਮੈਂ ਜਾਣਾ ਮੈਨੂੰ ਇੱਕ ਦਿਨ ਦਾ ਕੰਮ ਹੋਰ ਵੀ ਆ ਬਾਜ਼ਾਰ 'ਚ ਫਿਰ ਚਲੋ ਠੀਕ ਹੈ ਯਾਰ ਹੁਣ ਤੁਹਾਨੂੰ ਕੀ ਦੱਸਾਂ ਮੈਂ ਬਹੁਤ ਕੁਛ ਬੋਲਦੀਆਂ ਨੇ ਮੇਰੇ ਰੰਗ ਨੂੰ ਲੈ ਕੇ ਮੰਮੀ ਹੋਰੀ ਲੈ ਦੇਖ ਲੈ ਤੇਰੀ ਸੀਮਾ ਆਂਟੀ ਮਿਲ ਗਈ ਸੀ ਨਾ ਆਪਾਂ ਨੂੰ ਬਾਜ਼ਾਰ 'ਚ
ਸਹੀ ਗੱਲ ਹੈ ਮੰਮੀ ਜੀ ਆਪਾਂ ਨੂੰ ਨਾਲ ਲੈਂਦਾ ਆਪਣੀ ਤਾਂ ਜਮੀ ਖੇ ਹੋ ਜਾਣੀ ਸੀ ਤਾਂ ਹੀ ਤਾਂ ਕਹਿੰਦੇ ਪੱਟੀ ਮਿਸ ਹੋ ਜਾਂਦੀ ਅਗਲਾ ਕਹਿੰਦਾ ਆਹੀ ਦੀ ਨੂੰ ਕਾਲਟੋ ਜੀ ਮੈਂ ਇੱਕ ਗੱਲ ਮੈਂ ਤੈਨੂੰ ਹੋਰ ਕਹਿੰਦੀ ਹਾਂ ਆਹ ਜਿਹੜੇ ਸੂਟ ਸਾਟ ਜੇ ਨੇ ਚੁੱਪ ਕਰਕੇ ਜਾ ਕੇ ਸਾਂਭ ਕੇ ਰੱਖਦੀ ਉਹ ਤਾਂ ਫਰੋਲਾ ਫਰਾਲੀ ਕਰਨ ਦੀ ਉਹਦੀ ਆਦਤ ਹੈ ਤੁਸੀਂ ਟੈਨਸ਼ਨ ਨਾ ਲਓ ਮੈਂ ਤਾਂ ਹੱਥ ਵੀ ਨਹੀਂ ਲਾਉਣ ਦਿੰਦੀ ਆਹੋ ਨਾ ਨਾ ਆਪਾਂ ਨੂੰ ਕੋਈ ਲੋੜ ਨਹੀਂ ਉਹਨੇ ਭੇਤੀ ਨਹੀਂ ਦੇਣਾ ਹੈਗਾ ਉਹ ਤਾਂ ਨਹੀਂ ਉਹਦੀ ਪਹਿਲਾਂ ਸੂਟ ਦੇਖੂਗੀ ਨਾਲੇ ਐਂ ਕਹੂਗੀ ਮੈਨੂੰ ਵੀ ਲਿਆ ਦਿੰਦੀ ਆ ਉਹਦੇ ਵਾਸਤੇ ਥੋੜ੍ਹੀ ਗਏ ਸੀ ਆਪਾਂ ਨਾ ਨਾ ਤਾਂ ਹੀ ਤਾਂ ਕਹਿੰਦਾ ਤਾਂ ਹੀ ਤਾਂ ਮੈਨੂੰ ਲੈ ਕੇ ਨਹੀਂ ਜਾਂਦੀ ਕਿਸੇ ਪਾਸੇ ਵੀ ਇਹ ਤੋਂ ਕੀ ਕਰਾਉਣਾ ਨਾਲ ਸੌ ਟੱਕਰ ਦੀ ਆ ਪਹਿਲੀ ਲੋਕ ਤਾਂ ਬਥੇਰਾ ਤੈਨੂੰ ਪਤਾ ਹੀ ਆ ਧੀਏ ਮਾਨ ਨਹੀਂ ਹੈਗੇ ਅਗਲਾ ਕਹਿੰਦਾ ਇਹ ਜੀ ਕਾਲੰਗ ਆ ਕਾਲੀ ਕੁੱਟੀ ਜੀ ਇਹਨਾਂ ਨੇ ਕੀ ਦੇਖੀ ਅਗਲਾ ਮੂੰਹ ਤੇ ਨਹੀਂ ਕਹਿੰਦਾ ਅਗਲਾ ਪਿੱਠ ਪਿੱਛੇ ਗੱਲਾਂ ਕਰਦਾ ਨਾਲੇ ਪੁੱਤ ਮੈਂ ਤਾਂ ਬਥੇਰੀਆਂ ਬੁੜੀਆਂ ਕਹਿੰਦੀਆਂ ਨੇ ਕਹਿੰਦੇ ਤਾਂ ਤਾਂ ਨੂੰ ਕੀ ਲੈਤੇ ਤਾਂ ਪੁੱਤ ਨੂੰ ਉਹ ਕਰ ਲੈ ਲੀਕ ਲਾ ਲਈ ਤੇਰੇ ਪੁੱਤ ਚਕਾਰੀ ਘਾਟ ਸੀ ਸੋਹਣੀ ਜ਼ਮੀਨ ਜਾਇਦਾਦ ਜੇ ਮੈਂ ਪਹਿਲਾਂ ਹੁੰਦੀ ਨਾ ਮੈਂ ਨਹੀਂ ਸੀ ਕਦੇ ਵੀ ਹੋਣ ਦੇਣਾ ਚੱਲ ਪੁੱਤ ਫਿਰ ਹੁਣ ਕਰੀਏ ਕੀ ਚੱਲ ਆ ਜਾ ਸਿੱਧੀ ਨਾ ਗੱਲ ਅੰਦਰ ਨਜ਼ਰ ਤਾਂ ਹੁਣ ਜਦੋਂ ਜਾਂਦੀ ਉਹਨੂੰ ਬੋਲ ਮਾਰਿਆ ਸੀ ਮੇਰਾ ਤਾਂ ਉਹਦੀ ਮੱਥਾ ਠਣਕਿਆ ਸੀ ਸੋਹਣਾ ਲੱਗਿਆ ਮੈਨੂੰ ਤਾਂ ਬਥੇਰਾ ਸੋਹਣਾ ਲੱਗਿਆ ਸੂਟ ਹੈ ਹਾਂ ਬੜਾ ਜ਼ਿਆਦਾ ਸੋਹਣਾ ਕਲਰ ਹੈ ਉੱਥੇ ਦੁਕਾਨ ਜਿਹ ਚ ਤਾਂ ਆਪਾਂ ਨੂੰ ਹੀ ਲੱਗਦੇ ਸੀਗੇ ਹਨਾ ਦੇਖੀ ਪ੍ਰਿੰਟ ਕਿੰਨਾ ਸੋਹਣਾ ਸੂਟ ਦਾ ਕਲਰ ਵੀ ਜ਼ਿਆਦਾ ਸੋਹਣਾ ਹੈ ਅੱਜ ਆਪਾਂ ਨੂੰ ਰੰਗ ਵੀ ਕਿੰਨੇ ਸੋਹਣੇ ਸੋਹਣੇ ਜੇ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਹੁੰਦਾ ਹੀ ਨਾ ਨਾ ਤਾਂ ਹੀ ਤਾਂ ਕਹਿੰਦੇ ਉਹ ਕੀ ਆ ਅਗਲਾ ਕਹਿੰਦਾ ਬੁੱਝੜ ਜੀ ਨੂੰ ਕੀ ਕੱਪੜੇ ਸੋਹਣੇ ਸੋਹਣੇ ਆਏ ਨੇ ਤੇਰੇ ਸੂਟ ਤਾਂ ਹਨਾ ਆ ਦੇਖੀ ਆਹ ਕਿੰਨਾ ਸੋਹਣਾ ਮੈਚਿੰਗ ਸੂਟ ਬੜਾ ਹੀ ਜ਼ਿਆਦਾ ਸੋਹਣਾ ਲੱਗੂਗਾ ਤੇਰੇ ਤਾਂ ਤਾਂ ਨਹੀਂ ਲੱਤੇ ਹੈਗੇ ਮੈਂ ਕਿਹਾ ਫਿਰ ਵੀ ਪਕਾਈ ਕਰ ਲਈਏ ਸੀਨ ਉੱਧਰ ਜਾਂਦੀਆਂ ਨੇ ਕਿਤੇ ਮੈਂ ਕਿਹਾ ਨਾ ਨਾ ਚੱਲ ਕੋਈ ਨਾ ਆਪਾਂ ਹੁਣ ਜਾ ਆਵਾਂਗੇ ਉਹਦੇ ਕੋਲੇ ਹਨਾ ਸਮਾਂ ਚਾਚੀ ਜਾ ਆਈ ਆ ਬਾਜ਼ਾਰ ਹਾਂ ਹਾਂ ਜਾ ਆਈ ਆ ਬਾਈ ਬਹਿ ਜਾ ਲਿਆ ਕੱਪੜੇ ਬਸ ਲੈ ਆਈ ਆ ਅੱਛਾ ਹੋਰ ਬਾਲੀ ਸੋਹਣੇ ਲਿਆਂਦੇ ਤਾਂ ਸੋਹਣੇ ਨੇ ਸਾਨੂੰ ਤਾਂ ਬਥੇਰੇ ਸੋਹਣੇ ਐ ਲੱਗੇ ਦੁਕਾਨ ਸੱਚੀ ਕਹਿੰਦੇ ਨੇ ਸੋਹਣੇ ਸੂਟ ਪਏ ਨਹੀਂ ਸਾਰੀ ਦੁਕਾਨ ਹੀ ਚੱਕ ਕੇ ਲੈ ਜਾਣਾ ਜੀ ਕਰੇ ਹੋਰ ਦੱਸ ਤੂੰ ਚਾਹ ਪਾਣੀ ਦੀ ਸੇਵਾ ਬਸ ਚਾਚੀ ਬਹੁਤ ਵਧੀਆ ਹਾਂ ਹੋਰ ਫਿਰ ਕਿੰਨੇ ਸੋਹਣੇ ਲਿਆਂਦੇ ਨੇ ਹਾਂ ਸੂਟ ਤਾਂ ਸਾਰੇ ਸੋਹਣੇ ਨੇ ਆ ਦੇਖੋ ਦੇਖੋ ਆ ਵੀ ਲਿਆਂਦੇ ਤਿੰਨ ਕਲਰ ਕਿੰਨੇ ਸੋਹਣੇ ਕਲਰ ਨੇ ਹੋਰ ਪਹਿਲਾਂ ਤਾਂ ਇਹ ਕਹਿੰਦੀ ਮੈਂ ਰੈਡੀਮੇਟ ਹੀ ਲਿਆਉਣੇ ਨੇ ਅੱਛਾ ਹਾਂ ਅਸੀਂ ਫੰਕਸ਼ਨ ਤੇ ਜਾਣਾ ਅੱਛਾ ਵੱਡੀ ਨੂੰਹ ਦੇ ਵੀ ਨੇ ਨਾ ਉਹਦੇ ਤਾਂ ਕਾਨੂੰਨ ਹੈਗੇ ਇਹ ਤਾਂ ਇਸੇ ਦੇ ਨੇ ਤਿੰਨੇ ਉਹਨਾਂ ਦੇ ਵੀ ਲਿਆਉਂਦੇ ਚਲ ਉਹਦੇ ਕੋਲ ਤਾਂ ਹੈ ਨਹੀਂ ਗਰਮੀਆਂ ਦਾ ਟਾਈਮ ਆ ਨਾਲੇ ਉਹਨੂੰ ਅਸੀਂ ਕੱਲੀਆਂ ਨੇ ਜਾਣਾ ਸੱਸਨੂਆਂ ਨੇ ਉਹ ਤਾਂ ਘਰੇ ਰਹੂਗੀ ਨਾ ਐ ਵਿਆਹ ਸਾਦੀ ਲੈ ਜਾ ਕਰੋ ਉਹਨੂੰ ਵੇ ਨਾ ਨਾ ਉਹ ਤਾਂ ਪ੍ਰੋਗਰਾਮ ਤੈਨੂੰ ਪਤਾ ਹੀ ਆ ਛੋਟਾ ਜਿਹਾ ਛੋਟਾ ਫੰਕਸ਼ਨ ਹੈ ਕੋਈ ਵਿਆਹ ਬੂ ਹੋਵੇ ਚਲ ਫਿਰ ਅਸੀਂ ਖਿੱਚ ਲਈਏ ਨਾਲ ਨਾਲੇ ਫਿਰ ਘਰੇ ਵੀ ਤਾਂ ਕੋਈ ਚਾਹੀਦਾ ਹੀ ਹੈ ਭਰਿਆ ਭਖੁੰਨਿਆ ਘਰ ਹੈ ਤੈਨੂੰ ਪਤਾ ਹੀ ਹੈ ਟਾਈਮ ਮਾੜੇ ਨੇ ਜੇ ਜੰਦਾ ਕੁੰਡਾ ਲਾ ਕੇ ਜਾਵਾਂਗੇ ਤੈਨੂੰ ਪਤਾ ਹੀ ਅੱਜ ਕੱਲ੍ਹ ਨਫਾ ਨੁਕਸਾਨ ਤੋਂ ਕੋਈ ਡਰ ਲੱਗਦਾ ਕਾਲੀ ਇਹ ਹੋ ਲੈ ਲਈ ਬਸ ਪੁੱਛਣਾ ਭਾਈ ਮੈਂ ਤਾਂ ਵੇਲੇ ਨੂੰ ਪਛਤਾਉਣੀ ਆ ਵੀ ਜਿਹੜੇ ਵੇਲੇ ਮੈਂ ਇਹਦਾ ਰਿਸ਼ਤਾ ਲੈ ਲਿਆ ਅੱਗ ਲੱਗੇ ਮਾਇਆ ਮਾਇਆ ਤਾਂ ਕਹਿੰਦੇ ਨੇ ਉਹਦੇ ਪੇਟੀਆਂ 'ਚ ਬਥੇਰੀ ਆਪਾਂ ਢੱਕ ਕੇ ਰੱਖ ਦਿੰਦੇ ਹਾਂ ਪਰ ਨੂੰਹ ਦੀ ਤਾਂ ਨਾਲ ਜਾਂਦੀ ਸੋਹਣੀ ਲੱਗੇ ਉਹ ਤਾਂ ਚਾਚੀ ਤੂੰ ਬਾਲੀ ਸਿਆਣੀ ਸੀ ਆ ਪੈਸੇ ਦੇ ਲਾਲਚ ਨੇ ਤੈਨੂੰ ਡੋਬਤਾ ਨਾ ਪੈਸੇ ਦੇ ਲਾਲਚ ਦਾ ਕੀ ਮਤਲਬ ਹੋਇਆ ਤੁਹਾਡਾ ਅਸੀਂ ਲਾਲਚੀ ਆ ਮੇਰੀ ਸੱਸ ਲਾਲਚੀ ਆ ਤੇਰਾ ਕੀ ਮਤਲਬ ਆ ਭੈਣੇ ਬੋਲਣ ਦਾ ਬਈ ਕਿ ਮਤਲਬ ਕਿਉਂ ਨਹੀਂ ਤੁਸੀਂ ਸਾਡੇ ਘਰੇ ਆ ਕੇ ਸਾਨੂੰ ਗੱਲਾਂ ਸੁਣਾਉਂਦੇ ਹੋ ਤੇ ਅਸੀਂ ਚੁੱਪ ਕਰਕੇ ਬਹਿ ਜੀ ਉਹ ਵੀ ਵੱਡੀ ਆ ਉਹਦਾ ਵੀ ਲਿਆਉਣੀ ਸੀ ਕੱਪੜੇ ਫੇਰ ਕੀ ਮੈਂ ਤਾਂ ਹੀ ਆ ਕੇ ਮੈਂ ਵੀ ਚੱਲ ਜਾਵਾਂ ਪਤਾ ਅਸੀਂ ਕੀ ਲਿਆਉਣਾ ਅਸੀਂ ਕੀ ਨਹੀਂ ਹੁਣ ਤੂੰ ਉਹਦੇ ਨਾਲ ਲੜਨਾ ਐਂ ਦੱਸ ਭੈਣੇ ਚਾਚੀ ਇਹ ਤਾਂ ਬਾਲੀ ਬੋਲਦੇ ਤੇਰੀ ਨੂੰ ਮੈਂ ਤਾਂ ਜਾਣੇ ਆ ਚਾਚੀ ਉਹੀ ਬੋਲੀ ਜਾਂਦੀ ਆ ਹਾਂ ਚਾ ਨਹੀਂ ਪਾਣੀ ਨਹੀਂ ਪੁੱਛਿਆ ਕਹਿੰਦੇ ਲੜਨ ਲੱਗ ਜਾਂਦੀਆਂ ਨੇ ਚੱਲ ਕੋਈ ਨਾ ਭੈਣੇ ਤੂੰ ਗੁੱਸਾ ਨਾ ਕਰੀ ਕੋਈ ਨਾ ਭੈਣੇ ਚੁੱਪ ਕਰ ਜਿਆ ਕਰ ਜਦੇ ਤੇਰੇ ਡੰਡਾ ਲੱਗੇਗਾ ਤੂੰ ਆਂਢ ਗਵਾਂਢ ਦੇਖ ਲਿਆ ਕਰ ਮੰਮੀ ਮੈਨੇ ਆਂਢ ਗਵਾਂਢ ਦਾ ਠੇਕਾ ਨਹੀਂ ਲੈਤਾ ਹੈਗਾ ਉਹ ਕੁਝ ਮਰਜ਼ੀ ਬੋਲੀ ਜਾਵੇ ਤੇ ਤੁਸੀਂ ਚੁੱਪ ਕਰਕੇ ਸੁਣੀ ਜਾਇਆ ਕਰੋ ਮੈਥੋਂ ਨਹੀਂ ਸੁਣਿਆ ਜਾਂਦਾ ਹੈਗਾ ਦੱਸ ਦੇ ਜਿਹਨੂੰ ਦੱਸਣਾ ਕਹਿੰਦੇ ਹੁੰਦੇ ਨੇ ਗਵਾਂਢ ਤਾਂ ਰੱਬ ਵਰਗਾ ਹੁੰਦਾ ਐ ਨਹੀਂ ਪਤਾ ਵੇਲੇ ਕੇ ਵੇਲੇ ਕਿਹੜੇ ਵੇਲੇ ਆਪਾਂ ਨੂੰ ਲੋੜ ਪੈ ਸਕਦੇ ਗਵਾਂਢ ਤੋਂ ਇੰਨਾ ਰੁੱਖੇ ਤਿੱਕੇ ਹੋ ਕੇ ਗੁਜ਼ਾਰਾ ਨਹੀਂ ਆਪਣਾ ਹੁੰਦਾ ਹੁੰਦਾ ਤੂੰ ਐਵੇਂ ਸਿਆਣੀ ਬੇਨ ਤੇ ਗਲ ਪੈ ਕੇ ਖੜ ਗਈ ਕੋਈ ਨਾ ਮੰਮੀ ਗਵਾਂਢ ਦਾ ਆਪਾਂ ਠੇਕਾ ਨਹੀਂ ਲੈਤਾ ਹੈਗਾ ਮੰਮੀ ਆ ਪਾਣੀ ਲੈ ਲਓ ਆ ਨਾਲੇ ਚਾਚੀ ਕਿਵੇਂ ਗਈ ਆ ਉਹ ਤਾਂ ਉਹਦੇ ਕੰਮ ਆਈ ਸੀ ਕੋਈ ਮੇਰੇ ਕੋਲੇ ਅੱਛਾ ਹਾਂ ਦੇਖਾ ਕੀ ਲਿਆਇਓ ਬਾਜ਼ਾਰੋਂ ਅਸੀਂ ਕੀ ਲਿਆਉਣਾ ਸੀਗਾ ਉਹ ਰੈਡੀਮੇਡ ਕੱਪੜੇ ਲੈਣ ਗਈਆਂ ਸੀਗੀਆਂ ਉਹ ਚੱਜ ਨਾਲ ਮਿਲੇ ਨਹੀਂ ਇਹ ਤਾਂ ਕਹਿੰਦੀ ਉਹਨੇ ਉੱਚੇ ਲੰਡੇ ਜੇ ਮੈਂ ਤਾਂ ਲੈਂਦੀ ਨਹੀਂ ਹੈਗੀ ਪਰ ਲਫਾਫਿਆਂ 'ਚ ਕੀ ਭਰ ਕੇ ਲਿਆਇਓ ਇਹ ਤਾਂ ਉਹੀ ਆ ਬਸ ਉਹ ਆਪਣੇ ਸਾਡੀ ਕੋਈ ਪਰਸਨਲ ਚੀਜ਼ ਹੋਰ ਸਾ ਹੁੰਦਾ ਕੁਝ ਮੈਂ ਕਿਹੜਾ ਆਪੇ ਮੂੰਹ 'ਚ ਪਾ ਦੂੰਗੀ ਨਾ ਤੈਨੂੰ ਜ਼ਰੂਰੀ ਹੈ ਵੀ ਤੈਂ ਦੇਖਣੇ ਨੇਗੇ ਪਰਦੇ ਸੜਦੇ ਵੀ 100 ਚੀਜ਼ ਹੁੰਦੀ ਆ ਤੈਂ ਕੀ ਦੱਸ ਲੈਣਾਗਾ ਤੂੰ ਆਪਣਾ ਕੰਮ ਕਰ ਲਾ ਚੱਲ ਕੋਈ ਨਹੀਂ ਮੰਮੀ ਮੈਂ ਤਾਂ ਕੰਮ ਕਰ ਹੀ ਲਾਂਗੀ ਦੇਖ ਲੈ ਲੈ ਹੈ ਹੱਦ ਹੋਈ ਪਈ ਹੈ ਇਹਦੀ ਹੁਣ ਇਹਨੂੰ ਸਾਰੀਆਂ ਚੀਜ਼ਾਂ ਖੋਲ ਖੋਲ ਕੇ ਦਿਖਾਓ ਵੱਡੀ ਮੇਮ ਨੂੰ ਮੈਨੂੰ ਤਾਂ ਲੱਗਦਾ ਕਿਤੇ ਜਾਂਦੀ ਹੋਈ ਉਹਨਾਂ ਉਂਗਲਾਂ ਲੱਗੀ ਹੋਵੇ ਮੈਂ ਤਾਂ ਤੈਨੂੰ ਪਹਿਲੀ ਕਹਿ ਰਹੀ ਸੀ ਗਵਾਂਢੀ ਘਰ ਪਟਦੇ ਹੀ ਹੁੰਦੇ ਨੇ ਕੋਈ ਸਮਝਾਉਣ ਵਾਲਾ ਤਾਂ ਹੈ ਨਹੀਂ
ਭਾਈ ਕੀ ਕਰੀਏ ਹਾਂ ਸਰਦਾ ਨਹੀਂ ਹੁੰਦਾ ਕਹਿੰਦੇ ਹੁੰਦੇ ਗਵਾਂਢ ਵੀ ਨਾ ਮੈਂ ਤਾਂ ਚੁੱਪ ਕਰ ਗਈ ਤੈਨੂੰ ਨਹੀਂ ਪਤਾ ਮੰਮੀ ਅੱਜ ਕੱਲ ਉਂਗਲਾਂ ਨਾਲ ਨਾਲੇ ਬਥੇਰੇ ਹੁੰਦੇ ਨੇ ਘਰ ਵਸਾਉਣ ਵਾਲੇ ਘੱਟ ਹੁੰਦੇ ਨੇ ਖਬਰਾਂ ਨੂੰ ਕੀ ਉਂਗਲ ਲਾ ਕੇ ਗਈ ਉਹਨੂੰ ਕੀ ਪਤਾ ਲੱਗੇ ਵੀ ਆਪਾਂ ਕੀ ਲੈ ਚੱਲ ਆਪਣਾ ਤਾਂ ਉਹ ਨਹੀਂ ਕੁਛ ਕਰ ਸਕਦੀ ਆਪਣਾ ਕੁਛ ਸਹੀ ਨਹੀਂ ਵਿਗਾੜ ਸਕਦੀ ਪਰਵਾਹ ਨਾ ਕਰਿਆ ਕਰ ਨਾ ਨਾ ਮੈਂ ਡਰਦੀ ਡੁਰਦੀ ਕਿਸੇ ਤੋਂ ਕੋਈ ਨਹੀਂ ਮੈਂ ਤਾਂ ਚਾਰ ਵਰਗੀ ਹਾਂ ਮੈਨੂੰ ਅਗਲੀ ਕੀ ਕਹਿ ਦੂਗੀ ਦੱਸ ਮੈਂ ਆਪਦੇ ਘਰੇ ਅਗਲੀ ਆਪਦੇ ਘਰੇ ਭਾਂਡੇ ਬਹੁਤ ਹੋ ਜਾਂਦੇ ਨੇ ਹਾਲੇ ਮੈਨੂੰ ਲੱਗਦਾ ਕਮਰੇ 'ਚ ਪਏ ਆ ਦੋ ਤਿੰਨ ਬਸ ਚੱਕ ਕੇ ਲੈ ਕੇ ਸੂਟ ਦੇਖਾਂ ਕੀ ਲੈ ਕੇ ਆਈ ਆ ਇਹ ਹਾਂ ਇਹ ਕਿੰਨਾ ਸੋਹਣਾ ਰੰਗ ਹੈ ਕੀ ਹੈ ਆਈ ਸ਼ਰਟ ਰੈਡੀਮੇਡ ਲੈ ਕੇ ਆਈ ਆ ਹੋਰ ਵੀ ਨੇ ਆਏ ਆ ਗ੍ਰੀਨ ਕਿੰਨਾ ਸੋਹਣਾ ਮੋਟੀਆਂ ਵਾਲਾ ਆ ਕੀ ਹੋ ਰਿਹਾ ਤੁਹਾਨੂੰ ਮੇਰੇ ਸੂਟ ਚੱਕਣ ਦੀ ਕੀ ਲੋੜ ਆ ਹੈਪੀ ਮੈਂ ਖੜੇ ਹੋ ਦੇਖ ਹੀ ਰਹੀ ਆ ਖੜੇ ਹੋ ਤੁਹਾਨੂੰ ਮੇਰੇ ਰੂਮ 'ਚ ਬੈਠਣ ਨੂੰ ਕਿਹਨੇ ਕਿਹਾ ਸੀਗਾ ਮੈਂ ਤਾਂ ਗਲਾਸ ਲੈਣ ਆਈ ਸੀ ਇੱਥੇ ਬੈੱਡ ਤੇ ਲਿਫਾਫੇ ਪਏ ਮੈਂ ਦੇਖ ਰਹੀ ਸੀ ਕਿ ਮੈਂ ਲਿਫਾਫੇ ਵੇਖ ਰਹੀ ਸੀ ਤੁਹਾਨੂੰ ਇੰਨਾ ਨਹੀਂ ਪਤਾ ਹੈਗਾ ਵੀ ਚੋਰੀ ਕਰਨਾ ਪਾਪ ਹੁੰਦਾ ਤੁਸੀਂ ਚੋਰੀ ਕਰ ਰਹੇ ਸੀ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਕਿਹੜਾ ਕਿ ਤੇਰੇ ਸੂਟ ਨਾਲ ਲੈ ਗਈ ਚੱਲ ਤਾਂ ਮੈਂ ਮੰਮੀ ਨਾਲ ਗੱਲ ਕਰਦੀ ਹਾਂ ਹਾਏ ਲੈ ਮੌਜੇ ਨਾਲ ਆ ਕੇ ਮੇਰੇ ਕਮਰੇ 'ਚ ਬਹਿ ਗਈ ਏਸੀ ਵਾਲੇ 'ਚ ਅਤੇ ਸਮੈਲ ਫਲਾਉਣ ਨੂੰ ਫਲੋ ਜੀ ਮੇਰਾ ਵੀ ਦਿਮਾਗ ਮੋਟਾ ਮੈਂ ਵੀ ਇੱਥੇ ਸਿੱਟ ਗਈ ਸੂਟ ਮੰਮੀ ਨੇ ਕਿਹਾ ਸੀ ਵੀ ਸਾਂਭ ਦੇ